ਪਟਿਆਲਾ ਪੁਲਿਸ ਨੇ ਇੱਕ ਔਰਤ ਦੇ ਸਨਸਨੀਖੇਜ਼ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ ਅਤੇ ਅਪਰਾਧ ਵਿੱਚ ਵਰਤਿਆ ਸਮਾਨ ਵੀ ਬਰਾਮਦ ਕੀਤਾ ਹੈ। SSP ਪਟਿਆਲਾ ਵਿਕਰਮਜੀਤ ਸਿੰਘ ਦੁੱਕਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀ ਹੋਏ ਇੱਕ ਬਲਾਈਂਡ ਮਰਡਰ ਨੂੰ, ਜਿਸ ਵਿੱਚ ਸ਼੍ਰੀਮਤੀ ਕਮਲੇਸ਼ ਸਿੰਗਲਾ ਹੋਰਾਂ ਦਾ ਕਤਲ 20 ਅਪ੍ਰੈਲ 2021 ਦੀ ਰਾਤ ਨੂੰ ਤਕਰੀਬਨ 2 ਵਜੇ ਹੋਇਆ ਸੀ, ਇਸ ਨੂੰ ਡਿਟੈਕਟ ਕੀਤਾ ਗਿਆ ਹੈ। ਇਸ ਵਿੱਚ ਅਸੀਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੰਸਟੀਟਿਊਟ ਕੀਤੀ ਸੀ, ਜਿਸ ਵਿੱਚ ਵਰੁਣ ਸ਼ਰਮਾ SP ਸਿਟੀ, ਹਰਮੀਤ ਹੁੰਦਲ SP ਇਨਵੈਸਟੀਗੇਸ਼ਨ, ਕ੍ਰਿਸ਼ਨ ਕੁਮਾਰ ਪੈਂਥੇ DSP ਇਨਵੈਸਟੀਗੇਸ਼ਨ, ਜਸਵਿੰਦਰ ਟਿਵਾਣਾ DSP ਘਨੌਰ, ਰਾਹੁਲ ਕੌਸ਼ਲ ਇੰਚਾਰਜ CIA ਅਤੇ SHO ਲਾਹੌਰੀ ਗੇਟ ਵੀ ਸ਼ਾਮਿਲ ਸੀ। ਇਸ ਵਿੱਚ ਪਹਿਲੇ ਦਿਨ ਤੋਂ ਜੋ ਕਿ ਤੱਥ ਸਾਹਮਣੇ ਆ ਰਹੇ ਸੀ, ਇਹ ਲੱਗ ਰਿਹਾ ਸੀ ਕਿ ਜੋ ਟ੍ਰੈਸਪਾਸਰ ਹੈ, ਜਿਸ ਨੇ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਪੂਰੇ ਘਰ ਦੇ ਨਕਸ਼ੇ ਦੀ ਨੌਲੇਜ ਹੈ। ਇਸ ਨੂੰ ਬੇਸ ਮੰਨ ਕੇ ਪੂਰੀ ਟੀਮ ਕੰਮ ਕਰ ਰਹੀ ਸੀ। ਇਸ ਓਪੀਨੀਅਨ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸ ਪਰਿਵਾਰ ਦੇ ਨਾਲ ਪਿਛਲੇ 5 ਸਾਲ ਤੋਂ ਜੁੜੇ ਇਨ੍ਹਾਂ ਦੇ ਇੱਕ ਮੁਨਸ਼ੀ, ਜਿਨ੍ਹਾਂ ਦਾ ਨਾਮ ਵਿਕਰਮ ਹੈ, ਜੋ ਕਿ ਸਨੌਰ ਏਰੀਆ ਤੋਂ ਬਿਲੋਂਗ ਕਰਦਾ, ਉਹਦੇ ਬਾਰੇ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਇਹ ਪਤਾ ਚੱਲਿਆ ਕਿ ਉਸਨੇ ਆਪਣੇ ਮਾਸੀ ਦੇ ਬੇਟੇ ਅਮਰਿੰਦਰ ਅਤੇ ਇੱਕ ਹੋਰ ਐਸੋਸੀਏਟ ਜਿਹਦਾ ਨਾਮ ਗਗਨ ਹੈ, ਇਹਨਾਂ ਤਿੰਨਾਂ ਨੇ ਮਿਲ ਕੇ ਅਮਰਿੰਦਰ ਦੇ ਮੋਟਰਸਾਈਕਲ ਤੇ ਆ ਕੇ ਇਸ ਘਰ ਦੇ ਵਿੱਚ ਟ੍ਰੈਸਪਾਸਿੰਗ ਕਰਕੇ ਮਾਤਾ ਜੀ ਦੇ ਕਮਰੇ 'ਚ ਜਾ ਕੇ ਉਹਨਾਂ ਦੇ ਮੂੰਹ ਅਤੇ ਉਹਨਾਂ ਦੇ ਹੱਥ ਇੱਕ ਟੇਪ ਨਾਲ ਬੰਨ੍ਹ ਦਿੱਤੇ ਗਏ, ਜੋ ਕਿ ਇੱਕ ਪੈਕਿੰਗ ਟੇਪ ਹੁੰਦੀ ਹੈ, ਜਿਸ ਵਜੋਂ ਉਹਨਾਂ ਦੀ ਸਾਹ ਘੁੱਟਣ ਕਰਕੇ ਮੌਤ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੇ ਰੂਮ 'ਚੋਂ ਇੱਕ ਅਲਮੀਰਾ ਦੀ ਚਾਬੀ ਚੁੱਕੀ, ਅਲਮੀਰਾ ਵਾਲੇ ਪਾਸੇ ਗਏ, ਸਟੋਰ ਵਾਲੇ ਪਾਸੇ ਗਏ, ਉੱਥੋਂ ਅਲਮੀਰਾ ਦੇ ਵਿੱਚੋਂ ਇੱਕ ਹੋਰ ਚਾਬੀ ਲਈ, ਜੋ ਕਿ ਤਿਜੋਰੀ ਦੀ ਚਾਬੀ ਸੀ, ਗਹਿਣੇ, ਕੈਸ਼ ਤੇ ਹੋਰ ਆਰਟੀਕਲਸ, ਜੋ ਕਿ ਤਕਰੀਬਨ 40 ਲੱਖ ਦੇ ਆਸ ਪਾਸ ਉਹਨਾਂ ਦਾ ਮੁੱਲ ਦੱਸਿਆ ਜਾਂਦਾ, ਉਹਦੀ ਚੋਰੀ ਕੀਤੀ ਤੇ ਉੱਥੋਂ ਭੱਜ ਗਏ। ਪਿਛਲੇ 3-4 ਦਿਨਾਂ ਦੇ ਵਿੱਚ ਜੋ ਇਨਵੈਸਟੀਗੇਸ਼ਨ ਦੇ ਦੌਰਾਨ ਤੱਥ ਸਾਹਮਣੇ ਆਏ, ਜਿਸ ਕਾਰਨ ਵਜੋਂ ਜੋ ਮੁੱਖ ਦੋਸ਼ੀ ਵਿਕਰਮ ਹੈ, ਉਸਨੇ ਆਪਣਾ ਜੁਰਮ ਵੀ ਕਬੂਲਿਆ ਅਤੇ ਸਾਰੀ ਪ੍ਰਾਪਰਟੀ, ਜਿਸ ਤਰ੍ਹਾਂ ਮੈਂ ਹੁਣੇ ਬਿਆਨ ਕੀਤਾ, 40 ਲੱਖ ਦੇ ਆਸ ਪਾਸ ਦੀ ਪ੍ਰਾਪਰਟੀ, ਗਹਿਣੇ ਵਗੈਰਾ, ਉਹ ਸਾਰੀ ਵੀ ਉਸਨੇ ਰਿਕਵਰ ਕਰਾਈ। ਪੂਰੀ SIT ਦੀ ਟੀਮ ਨੇ ਬਹੁਤ ਚੰਗਾ ਕੰਮ ਕੀਤਾ, ਜਿਸ ਕਾਰਨ ਇਸ ਕੇਸ ਨੂੰ ਬਹੁਤ ਹੀ ਜਲਦੀ ਡਿਟੈਕਟ ਕੀਤਾ ਗਿਆ। ਥੈਂਕ ਯੂ ਸੋ ਮਚ। ਜੈ ਹਿੰਦ।